ਇਨਕੋਰ ਆਪ ਦੇਖ ਰਹੇ ਹੈ ਬੀਐਸ ਲਾਈਵ ਨਿਊਜ਼ ਚਲੋ ਦੇਖਦੇ ਹੈ ਅੱਜ ਦਾ ਸਮਾਚਾਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਕਬਾਲ ਸਿੰਘ ਮਾਹਲ ਜਥੇਬੰਦਕ ਸਕੱਤਰ ਸ਼੍ਰੋਮਣੀ ਕਾਲੀਦਾਲ ਹਲਕਾ ਕਾਦੀਆਂ ਅੱਜ ਆਪ ਜੀ ਦੇ ਮਾਧਮ ਰਾਈ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦਾ ਕਿ ਮੇਰੇ ਕੋ ਪਿੰਡਾਂ ਦੇ ਵਿੱਚੋਂ ਵੀਡੀਓ ਬਣ ਕੇ ਆ ਰਹੀਆਂ ਨੇ ਟੈਲੀਫੋਨ ਆ ਰਹੇ ਨੇ ਵੀ ਉਹਨਾਂ ਦੇ ਨਾਲ ਕਾਲੀ ਵਰਕਾਂ ਦੇ ਨਾਲ ਬਹੁਤ ਪੱਖਪਾਤ ਹੋ ਰਿਹਾ ਜਿਹੜਾ ਵੀ ਰਾਸ਼ਨ ਜਾ ਰਿਹਾ ਹੌਣ ਜਾਣਾ ਸ਼ੁਰੂ ਹੋਇਆ ਹੈ ਕੈਪਟਨ ਸਾਹਿਬ ਦੀ ਫੋਟੋ ਲੱਗਣ ਤੋਂ ਬਾਅਦ ਹਫਤਾ ਬਾਅਦ ਉਹਦੇ ਵਿੱਚ ਵੀ ਸਰਪੰਚ ਦੇ ਘਰ ਰਾਸ਼ਨ ਜਾ ਰਿਹਾ ਤੇ ਸਰਪੰਚ ਆਪਣੀ ਮਰਜ਼ੀ ਦੇ ਨਾਲ ਹੀ ਅਕਾਲੀ ਵਰਕਰਾਂ ਨੂੰ ਜਲੀਲ ਕਰ ਰਿਹਾ ਬਹੁਤ ਹੀ ਜ਼ਿਆਦਾ ਪੱਖਪਾਤ ਹੋ ਰਿਹਾ ਹੈ ਮੈਂ ਆਪਦੇ ਮਾਧਮ ਰਹੀਂ ਸਰਕਾਰ ਨੂੰ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਦਾ ਜੋ ਹਾਲਾਤ ਚੱਲ ਰਹੇ ਨੇ ਸਾਰਾ ਵਿਸ਼ਵ ਜਗਤ ਕਰੋਨਾ ਦੀ ਲਪੇਟ ਦੇ ਵਿੱਚ ਆਇਆ ਪਿਆ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਇਹ ਬਿਮਾਰੀ ਤੋਂ ਸਾਰੀ ਦੁਨੀਆ ਨੂੰ निजात ਦਵਾਏ ਪਰ ਫਿਰ ਵੀ ਸਾਡੇ ਹਲਕੇ ਦੇ ਵਿੱਚ ਇਨਾ ਪੱਖਪਾਤ ਹੋ ਰਿਹਾ ਕਿ ਜਿਸ ਦੇ ਵਿੱਚ ਮੈਨੂੰ ਕਹਿਣ ਲੱਗਿਆਂ ਸ਼ਰਮ ਆ ਰਹੀ ਏ ਕਿ ਇਹ ਬਹੁਤ ਜਿਆਦਾ ਤੱਕਾ ਏ ਇਸ ਦੇ ਬਾਰੇ ਸਰਕਾਰਾਂ ਗੌਰ ਕਰਨ ਡੀਸੀ ਸਾਹਿਬ ਨੂੰ ਵੀ ਬੱਬਿਆ ਜੀ ਸਾਹਿਬ ਉਹਦੇ ਨਾਲ ਮਿਲ ਕੇ ਆਏ ਸੀ ਪਰ ਉਹਦੇ ਨਾਲ ਥੋੜਾ ਬਹੁਤ ਅਸਰ ਹੋਇਆ ਪਰ ਫੇਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਏ ਮੈਂ ਆਪ ਦੇ ਮਾਧਮ ਰਹੀਂ ਫੇਰ ਅਪੀਲ ਤੇ ਅਪੀਲ ਕਰਦਾ ਹਾਂ ਸਰਕਾਰ ਨੂੰ ਕਿ ਇਹਦੇ ਵਿੱਚ ਧਿਆਨ ਦਿੱਤਾ ਜਾਏ ਅਤੇ ਜੋ ਲੋੜਵੰਦ ਹੈ ਉਹਦੇ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਏ ਇਹ ਜਿਹੜੀ ਸਾਖਿ ਸੀ ਦੀਆਂ ਇਹ ਨਾ ਪਾਲੀਆਂ ਜਾਣ ਸਰਪੰਚ ਨੇ ਜਾਂ ਜਥੇ ਜਥੇ ਸ਼ਰੋਗਣੀ ਅਕਾਲੀ ਦਲ ਦੇ ਆਪੇ ਹੈਗੇ ਸਰਪੰਚ ਉੱਥੇ ਕਿਵੇਂ ਆਪਣੇ ਤੌਰ ਤੇ ਉਹਨਾਂ ਸਹਾਇਤਾ ਕੀਤੀ ਹੈ ਸਰਪੰਚਾਇ ਨਹੀਂ ਕੀਤੀ ਹੈਗੀ ਉਹਨਾਂ ਨੇ ਮੈਂ ਪਿਛਲੇ ਹਫਤੇ ਅਪੀਲ ਪਾਈ ਸੀ ਟੈਲੀਫੋਨ 'ਤੇ ਸਰਪੰਚਾਂ ਨੂੰ ਫੋਨ ਵੀ ਮੇਰੀ ਰੋਜ਼ 25 30 ਪਿੰਡਾਂ ਦੇ ਮੌਤ ਬਰਾਨਾ ਗੱਲ ਹੋ ਜਾਂਦੀ ਹੈ ਉਹਨਾਂ ਨੂੰ ਅਪੀਲ ਕੀਤੀ ਕਿ ਆਪਣੇ ਤੌਰ ਤੇ ਤੁਸੀਂ ਵੇਖੋ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਬੰਦਾ ਭੁੱਖਾ ਨਾ ਸੌਵੇ ਉਹ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਜਿੱਥੇ ਕਿਤੇ ਕਿਸੇ ਕੋ ਨਹੀਂ ਵਿਚਾਰਾ ਪਹੁੰਚ ਸਕਦਾ ਘਰ ਉਹ ਜਾਏ ਉਹ ਮੈਨੂੰ ਫੋਨ ਕਰਦਾ ਤੇ ਮੈਂ ਜੋ ਵੀ ਹੁੰਦੀ ਹੈ ਵਾਤਵਾ ਜੋ ਵੀ ਡਿਮਾਂਡ ਹੁੰਦੀ ਹੈ ਪੂਰੀ ਕਰਨਾ ਚਾਹੇ ਉਹ ਕਿਸ ਤਰ੍ਹਾਂ ਦੀ ਚਾਹੇ ਉਹ ਰਾਸ਼ਨ ਦੀ ਏ ਚਾਹੇ ਬਣੇ ਰਾਸ਼ਨ ਦੀ ਏ ਚਾਹੇ ਸੁੱਕੇ ਰਾਸ਼ਨ ਦੀ ਏ ਮੈਂ ਉਹਨੂੰ ਪੂਜਦਾ ਕਰਦਾ ਇੱਕ ਹੋਰ ਜਿਹੜੀ ਤੁਹਾਨੂੰ ਗੱਲ ਕਹੀਏ ਕਿ ਪਿੰਡਾਂ ਦੇ ਵਿੱਚ ਜਿਹੜੇ ਅਕਾਲੀ ਵਰਕਰ ਨੇ ਜਾਂ ਅਕਾਲੀ ਸਮਰਥਕ ਹੈਗੇ ਨੇ ਲੋਕ ਉਹ ਜਿਹੜੇ ਸਰਕਾਰ ਵੱਲੋਂ ਰਾਸ਼ਨ ਜਾਂ ਸਹਾਇਤਾ ਆਉਂਦੀ ਹੈਗੀ ਉਹਨਾਂ ਨੂੰ ਕਾਂਗਰਸੀ ਸਰਪੰਚਾਂ ਦੇ ਘਰ ਕੇ ਬੁਲਾ ਕੇ ਇੱਕ ਤਰ੍ਹਾਂ ਦਾ ਜਲੀਲ ਕਰਨਾ ਜਾਂ ਉਹਨਾਂ ਨੂੰ ਕਹਿਣਾ ਕਿ ਪਹਿਲੇ ਸਾਡੇ ਕੋਲ ਆ ਉਹ ਫਿਰ ਰਾਸ਼ਨ ਦਿੱਤਾ ਜਾਏਗਾ ਤੰਗ ਪਰੇਸ਼ਾਨ ਕੀਤਾ ਇਹਨੂੰ ਲੈ ਕੇ ਕੋਈ ਸ਼ਿਕਾਇਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਾਂ ਹੋਰ ਕਿਤੇ ਕੋਈ ਪਿਛਲੇ ਪਰਸੋਂ ਸਾਡੇ ਪ੍ਰਧਾਨ ਜੀ ਦੇ ਗਰਦਾਰ ਗੁਰਪ੍ਰਤਮ ਸਿੰਘ ਜੀ ਬੱਬੇ ਹਾਲੀ ਸਾਹਿਬ ਡੀਸੀ ਸਾਹਿਬ ਨੂੰ ਮਿਲ ਕੇ ਆਏ ਸੀ ਇਹ ਬਾਰੇ ਗੱਲ ਕਰਕੇ ਆਏ ਸੀ ਤੇ ਗਰਦਾਖਪੁਰ ਸ਼ਹਿਰ ਦੇ ਵਿੱਚ ਤੇ ਹੁਣ ਸ਼ਾਇਦ ਡੀਸੀ ਸਾਹਿਬ ਨੇ ਸਖਤੀ ਕੀਤੀ ਹੈ ਪਰ ਸਾਡੇ ਕਾਧੀਆਂ ਹਲਕੇ ਦੇ ਵਿੱਚ ਅੱਜ ਵੀ ਸਰਪੰਚਾਂ ਤੇ ਕੋਈ ਅਸਰ ਨਹੀਂ ਆ ਮੇਰੇ ਕੋ ਵੀਡੀਓ ਆਈ ਹੈ ਪਿੰਡ ਭਿੱਟੇਵੜ ਦੀ ਅਮਰੀਕ ਸਿੰਘ ਉਹਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹਦੇ ਨੀਲੇ ਕਾਰਡ ਵੀ ਕੱਟੇ ਨੇ ਉਹਦੇ ਬੰਦੇ ਦਾ ਜਿਹੜਾ ਰਾਸ਼ਨ ਆ ਰਿਹਾ ਉਹ ਵੀ ਕਿਸੇ ਫਾਊਂਡੇਸ਼ਨ ਨੂੰ ਦੇ ਰਹੇ ਨੇ ਇਨਸਪੈਕਟਰ ਉਧਰੋਂ ਸੈਕਟਰੀ ਮਾਰਕੀਟ ਕਮੇਟੀ ਜਾ ਰਿਹਾ ਸ਼ੈਲਰਾਂ ਦੇ ਉੱਤੇ ਅੱਧੇ ਜਾ ਕੇ 20 2 ਕਵੈਂਟਲ ਚੌਲ ਚੁੱਕ ਕੇ ਲਿਆ ਰਿਹਾ ਵੀ ਅਸੀਂ 7 ਵਜਨ ਫਾਊਂਡੇਸ਼ਨ ਨੂੰ ਦੇਣੇ ਨੇ ਤੇ ਉਹਨਾਂ ਰਾਸ਼ਨ ਵੰਡਣ। ਚਲੋ 7 ਵਜਨ ਫਾਊਂਡੇਸ਼ਨ ਵੰਡਦੀ ਹੈ ਵਧੀਆ ਗੱਲ ਹੈ। ਪਰ ਉਹ ਆਪਣੇ ਕੋਲੋਂ ਵੰਡੇ ਨਾ ਜੇ ਲੋਕਾਂ ਕੋਲ ਲੈ ਕੇ ਖੋ ਕੇ ਲੋਕਾਂ ਦਾ ਢਿੱਡ ਵੱਢ ਕੇ ਫਿਰ ਉਹਨਾਂ ਨੂੰ ਦੇ ਰਿਹਾ। ਇਦਾਂ ਦੀਆਂ ਨਾ ਗੱਲਾਂ ਕਰਨ। ਮੈਂ ਤੇ ਇਹੋ ਕਹਿਣਾ ਵੀ ਪ੍ਰਮਾਤਮਾ ਨੇ ਜਿਹੇ ਵਿਪਤਾ ਪਾਈ ਹੈ ਤੇ ਸਾਰੇ ਰਲ ਮਿਲ ਕੇ ਉਹਨੂੰ ਕੱਟੀਏ। ਮੈਂ ਤੇ ਇਹੋ ਅਪੀਲ ਕਰਨਾ ਕਿ ਪੱਖਪਾਤ ਨਾ ਕਰੋ ਲੋੜਵੰਦ ਨੂੰ ਰਾਸ਼ਨ ਦਿੱਤਾ ਜਾਵੇ। ਓਕੇ। ਕਿਸ ਸਮਾਚਾਰ ਮੈਂ ਇਤਨਾ ਹੀ ਫਿਰ ਮੁਲਾਕਾਤ ਹੋਗੀ ਅਗਲੇ ਸਮਾਚਾਰ ਕੇ ਸਾਥ ਦੇਖਤੇ ਰਹੀਏ ਪੀਐਸ ਲਾਈਵ